ਗੱਲ ਇਹ ਦੇਖੋ ਜੀ, ਮੈਂ ਕਾਂਗਰਸ ਪਾਰਟੀ ਛੱਡੀ ਨਹੀਂ, ਮੈਨੂੰ ਕਾਂਗਰਸ ਪਾਰਟੀ ਨੇ ਮਜਬੂਰ ਕੀਤਾ। ਪਰ ਇੰਨਾ ਕੰਮ ਕਰਨ ਤੋਂ ਬਾਅਦ, ਇੰਨਾ ਕੰਮ ਕਰਨ ਦੇ ਬਾਵਜੂਦ ਕਾਂਗਰਸ ਨੇ ਤੁਹਾਨੂੰ ਗੋਲਗੱਪੇ ਵਾਲੀ ਮਿਰਚ ਲਾ ਦਿੱਤੀ? ਮੈਂ ਇਹ ਪੁੱਛੋ ਨਾ ਜੀ, ਸਾਡੇ ਵਰਗੇ ਬੰਦੇ ਜਿਨ੍ਹਾਂ ਨੇ 70-70 ਸਾਲ ਕਾਂਗਰਸ ਪਾਰਟੀ ਦੇ ਵਿੱਚ ਲਾਇਆ ਔਰ ਸਾਨੂੰ ਇਹੀ ਕਹਿ ਦਿੰਦੇ ਵੀ ਤੁਹਾਨੂੰ ਅਸੀਂ ਟਿਕਟ ਨਹੀਂ ਦੇਣੀ, ਅਸੀਂ ਰਾਮ ਨੇ ਜੋ ਘਰ ਤੁਹਾਡਾ ਹੱਥ ਪਹਿਲਾਂ ਚੌਧਰੀ ਪਰਿਵਾਰ ਨੇ ਮਾਰਿਆ, ਹੁਣ ਤੁਹਾਡਾ ਹੱਕ ਤੁਹਾਨੂੰ ਲੱਗਦਾ ਕਿ ਚੰਨੀ ਪਰਿਵਾਰ ਦੇ ਵੱਲੋਂ ਮਾਰਿਆ ਗਿਆ 2022 'ਚ ਵੀ 2023 ਵੀ, ਤੁਹਾਨੂੰ ਲੱਗਦਾ ਚੰਨੀ ਪਰਿਵਾਰ ਨੇ? ਕਲੀਅਰ ਸ਼ਬਦਾਂ ਵਿੱਚ ਪੁੱਛਾਂ ਕਿ ਚੰਨੀ ਪਰਿਵਾਰ ਨੇ ਤੁਹਾਡਾ ਹੱਕ ਮਾਰਿਆ? ਮੈਂ ਦੇਖੋ, ਜਲੰਧਰ ਲੋਕ ਸਭਾ ਦੀ ਸੀਟ ਬੜੀ ਗੁੰਝਲਦਾਰ ਬਣੀ ਹੋਈ ਹੈ ਕਿਉਂਕਿ ਇੱਥੇ ਹਰੇਕ ਉਮੀਦਵਾਰ ਨੇ ਪਾਰਟੀ ਬਦਲੀ ਹੈ। ਸੁਸ਼ੀਲ ਰਿੰਕੂ ਪਹਿਲਾਂ ਕਾਂਗਰਸ 'ਚ ਸੀ, ਫਿਰ ਬੀਜੇਪੀ 'ਚ ਇਸ ਵੇਲੇ ਕੈਂਡੀਡੇਟ ਨੇ, ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ। ਸਾਰੀ ਜ਼ਿੰਦਗੀ ਕਾਂਗਰਸ ਹੰਡਾਉਣ ਤੋਂ ਬਾਅਦ ਹੁਣ ਮਹਿੰਦਰ ਸਿੰਘ ਕੇਪੀ ਜਿਹੜੇ ਨੇ ਉਹ ਅਕਾਲੀ ਦਲ ਦੇ ਉਮੀਦਵਾਰ ਬਣੇ ਨੇ। ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਜਲੰਧਰ ਪਹੁੰਚ ਚੁੱਕੇ ਨੇ ਅਤੇ ਪਵਨ ਟੇਨੂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਪਹੁੰਚ ਚੁੱਕੇ ਨੇ। ਬੜੀ ਗੁੰਝਲਦਾਰ ਜਿਹੜੀ ਉਹ ਜਲੰਧਰ ਵਾਲੀ ਸਿਚੁਏਸ਼ਨ ਬਣੀ ਹੋਈ ਹੈ ਅਤੇ ਇਸ ਗੁੰਝਲਦਾਰ ਨੂੰ ਗੋਲਗੱਪਿਆਂ ਦੇ ਜ਼ਰੀਏ ਕੱਢਣ ਦੀ ਕੋਸ਼ਿਸ਼ ਕਰਾਂਗੇ। ਇਸ ਵੇਲੇ ਮਹਿੰਦਰ ਸਿੰਘ ਕੇਪੀ ਹੋਰਾਂ, ਕੇਪੀ ਸਾਹਿਬ ਦਾ ਸਵਾਗਤ ਹੈ। ਮਿਹਰਬਾਨੀ, ਥੈਂਕ ਯੂ। ਗੋਲਗੱਪੇ ਆਓ, ਗੋਲਗੱਪੇ ਤੁਹਾਡੇ ਨਾਲ ਜਲੰਧਰ ਜ਼ਰੂਰ ਖਾਵਾਂਗੇ, ਲੇਕਿਨ ਕਿਉਂਕਿ ਜਲੰਧਰ ਦੀ ਸਭ ਤੋਂ ਫੇਮਸ ਸ਼ੌਪ ਜਿਹੜੀ ਹੈ ਗੋਲਗੱਪਿਆਂ ਦੀ ਹੈ, ਲੇਕਿਨ ਮੈਨੂੰ ਲੱਗਦਾ ਜਲੇਬੀ ਵਰਗੀ ਤਸਵੀਰ ਜਿਹੜੀ ਹੈ ਉਹ ਜਲੰਧਰ ਸੀਟ ਦੀ ਬਣੀ ਹੋਈ ਹੈ। ਮੈਂ ਕਈ ਥਾਵਾਂ 'ਤੇ ਘੁੰਮਿਆ, ਉਹ ਕਹਿੰਦੇ ਕਿ ਅਸੀਂ ਅਕਾਲੀ ਦਲ ਵਾਲੇ ਪਵਨ ਟੀਨੂ ਨੂੰ ਜਿਤਾਵਾਂਗੇ, ਕੋਈ ਕਹਿੰਦਾ ਆਮ ਆਦਮੀ ਪਾਰਟੀ ਵਾਲੇ ਸੁਸ਼ੀਲ ਰਿੰਕੂ ਨੂੰ ਜਿਤਾਵਾਂਗੇ। ਮੈਂ ਉਹਨਾਂ ਨੂੰ ਦੱਸਿਆ ਕਿ ਪਾਰਟੀਆਂ ਬਦਲ ਚੁੱਕੀਆਂ ਨੇ, ਕੋਈ ਕਹਿੰਦਾ ਮਹਿੰਦਰ ਕੇਪੀ ਅਸੀਂ ਕਾਂਗਰਸ ਵਾਲਾ ਜਿਤਾਵਾਂਗੇ, ਮੈਂ ਕਹਿੰਦਾ ਨਹੀਂ, ਕੇਪੀ ਸਾਹਿਬ ਅਕਾਲੀ ਦਲ 'ਚ ਨੇ। ਗੱਲ ਇਹ ਦੇਖੋ ਜੀ, ਮੈਂ ਕਾਂਗਰਸ ਪਾਰਟੀ ਛੱਡੀ ਨਹੀਂ, ਮੈਨੂੰ ਕਾਂਗਰਸ ਪਾਰਟੀ ਨੇ ਮਜਬੂਰ ਕੀਤਾ। ਮੈਂ ਤਾਂ 10 ਸਾਲ ਦਾ ਬਨਵਾਸ ਕੱਟਿਆ ਕਾਂਗਰਸ ਦੇ ਵਿੱਚ, ਕੱਟ ਕੇ ਤਾਂ ਹੁਣ ਮੈਂ ਅਕਾਲੀ ਦਲ ਦੇ ਵਿੱਚ ਆਇਆ। ਬੜੇ ਓਪਰਚੁਨਿਟੀਜ਼ ਆਈਆਂ ਰਸਤੇ ਦੇ ਵਿੱਚ, ਹੋਰ ਵੀ ਪੋਲੀਟੀਕਲ ਜਿਹੜੇ ਪਾਰਟੀਜ਼ ਆ ਪੰਜਾਬ ਦੀਆਂ, ਉਹਨਾਂ ਨੇ ਮੈਨੂੰ ਆਫਰ ਦਿੱਤੇ, ਲੇਕਿਨ ਇਹਨਾਂ ਸਾਰੀਆਂ ਤੋਂ ਮੈਂ ਅਕਾਲੀ ਦਲ ਨੂੰ ਇੱਕ ਅੱਛਾ ਔਰਗਨਾਈਜ਼ਡ ਪਾਰਟੀ ਸਮਝ। ਪਾਰਟੀ ਦੀ ਆਫਰ ਵੀ ਸੀ ਮੇਰੇ ਕੋ, ਆਮ ਆਦਮੀ ਦੀ ਸੀ, ਈਵਨ ਦੂਜੀਆਂ ਜਿਹੜੀਆਂ ਬੀਜੇਪੀ ਦੀ ਵੀ ਆਫਰ, ਉਹਨਾਂ ਦੀ ਆਫਰ ਸੀਗੀ, ਲੇਕਿਨ ਅਕਾਲੀ ਦਲ ਤੇ ਇਸ ਵੇਲੇ ਪੰਜਾਬ 'ਚ ਹਾਲਤ ਬਹੁਤ ਖਰਾਬ ਹੈ, ਤੁਸੀਂ ਅਕਾਲੀ ਦਲ ਕਿਉਂ ਚੁਣੀ? ਦੇਖੋ ਗੱਲ ਇਹ ਆ, ਹਾਲਾਤ ਜਿਹੜੇ ਆ ਬਣਦੇ ਰਹਿੰਦੇ ਆ, ਵਿਗੜਦੇ ਰਹਿੰਦੇ ਆ। 2022 ਦੇ ਵਿੱਚ ਕਾਂਗਰਸ ਦੇ ਹਾਲਾਤ ਕਿਹੜੇ ਚੰਗੇ ਰਹੇ? 76 ਸੀਟਾਂ ਤੋਂ ਕਾਂਗਰਸ 18 ਸੀਟਾਂ ਦੇ ਉੱਤੇ ਆ ਗਈ ਹੈ। ਉਹਦੇ ਵਿੱਚੋਂ ਵੀ ਇੱਕ ਰਾਜਕੁਮਾਰ ਚੱਬੇਵਾਲ ਨਿਕਲ ਗਏ, ਇੱਕ ਆ ਹੁਣ ਜਿਹੜਾ ਸਸਪੈਂਡ ਕੀਤਾ, 16 ਸੀਟਾਂ ਜਿਹੜੀਆਂ ਕਾਂਗਰਸ ਦੀਆਂ ਰਹਿ ਗਈ। ਤੋ ਮੇਰਾ ਇਹ ਹੈ ਮੰਨਣਾ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੇ ਆ ਇੱਕ ਪੁਰਾਣੀ ਪਾਰਟੀ ਆ ਔਰ ਇਹਨਾਂ ਦਾ ਸੰਗਠਨ ਬਹੁਤ ਮਜ਼ਬੂਤ ਆ। ਜਿਹੜੀ ਇਸ ਪਾਰਟੀ ਦਾ ਸੰਗਠਨ ਮਜ਼ਬੂਤ ਹੋਵੇ, ਕਾਂਗਰਸ ਦਾ ਵੀ ਸੰਗਠਨ ਬਹੁਤ ਮਜ਼ਬੂਤ ਹੁੰਦਾ ਸੀ ਕਿਸੇ ਵੇਲੇ, ਕਿਉਂਕਿ ਮੈਂ ਸੰਗਠਨ 'ਚ ਰਿਹਾ, ਪੰਜਾਬ ਦੇ ਵਿੱਚ ਮੈਂ PCC ਪ੍ਰੈਜ਼ੀਡੈਂਟ ਵੀ ਰਿਹਾ ਔਰ ਮੈਂ ਆਪਣੇ ਟੈਨਿਓਰ ਦੇ ਵਿੱਚ 33 ਲੱਖ, ਪੰਕਜ ਜੀ ਤੁਸੀਂ ਬੰਦਾ ਯਕੀਨ ਕਰੋ, 33 ਲੱਖ ਕਾਂਗਰਸ ਦਾ ਮੈਂ ਵਰਕਰ ਜਿਹੜਾ ਭਰਤੀ ਔਰ ਇੰਨਾ ਕੰਮ ਕਰਨ ਤੋਂ ਬਾਅਦ, ਇੰਨਾ ਕੰਮ ਕਰਨ ਦੇ ਬਾਵਜੂਦ ਕਾਂਗਰਸ ਨੇ ਤੁਹਾਨੂੰ ਗੋਲਗੱਪੇ ਵਾਲੀ ਮਿਰਚ ਲਾ ਦਿੱਤੀ? ਮੈਂ ਇਹ ਪੁੱਛੋ ਨਾ ਜੀ, ਕਾਂਗਰਸ ਦੀ ਮਿਰਚ ਕਿੰਨੀ ਕੁ ਤੁਹਾਨੂੰ ਜੋ ਲੱਗੀ ਜਾਂ ਹੁਣ ਤੁਸੀਂ ਕਾਂਗਰਸ ਨੂੰ ਮਿਰਚਾਂ ਲਾਓਗੇ? ਇਹ ਤਾਂ ਸਮੇਂ ਦੱਸੇਗਾ, ਕੋਈ ਮੈਂ ਰਿਵੈਂਜਫੁੱਲ ਨਹੀਂ ਆ। ਮੇਰਾ ਤਾਂ ਆਪਣਾ ਇਹ ਆ ਕਿ ਮੇਰੇ ਨਾਲ ਬੜਾ ਧੱਕਾ ਹੋਇਆ 2022 ਦੇ ਵਿੱਚ, 2022 ਦੇ ਵਿੱਚ ਮੇਰੇ ਨਾਲ ਜੋ ਹੋਇਆ, ਮੈਨੂੰ ਟਿਕਟ ਦਿੱਤੀ, ਮੈਨੂੰ ਕਿਹਾ ਗਿਆ ਤੁਸੀਂ ਪੇਪਰ ਨੋਮੀਨੇਸ਼ਨ ਫਾਈਲ ਕਰੋ। ਮੈਂ ਰਿਟਰਨਿੰਗ ਅਫਸਰ ਕੋਲ ਜਾ ਕੇ ਪੇਪਰ ਫਾਈਲ ਕਰ ਰਿਹਾ, 3:45 ਸੀ ਉਹ ਸਵੇਰੇ, ਮੇਰਾ ਸਿੰਬਲ ਲੈਟਰ ਜਿਹੜਾ ਚੁੱਕ ਕੇ ਕਿਸੇ ਹੋਰ ਬੰਦੇ ਨੂੰ ਦੇ ਦਿੱਤਾ, ਜਿਹੜਾ ਕਿ 10 ਦਿਨ ਪਹਿਲਾਂ ਹਲੇ BSP ਦੇ ਵਿੱਚੋਂ ਆਇਆ ਸੀ। ਜੇ 10 ਦਿਨ ਪਹਿਲਾਂ BSP ਦੇ ਵਿੱਚੋਂ ਆਣ ਕੇ ਟਿਕਟ ਦੇਣੀ ਆ, ਫਿਰ ਸਾਡੇ ਵਰਗੇ ਬੰਦੇ ਜਿਨ੍ਹਾਂ ਨੇ 70-70 ਸਾਲ ਕਾਂਗਰਸ ਪਾਰਟੀ ਦੇ ਵਿੱਚ ਲਾਇਆ ਔਰ ਸਾਨੂੰ ਇਹੀ ਕਹਿ ਦਿੰਦੇ ਵੀ ਤੁਹਾਨੂੰ ਅਸੀਂ ਟਿਕਟ ਨਹੀਂ ਦੇਣੀ, ਅਸੀਂ ਰਾਮ ਨਾਲ ਜੋ ਕਰਕੇ ਬਹਿ ਜਾਂਦੇ।
ਲੇਕਿਨ ਰਿਟਰਨਿੰਗ ਆਫਿਸਰ ਦੇ ਕੋਲੋਂ ਸਾਡਾ ਲੈ ਕੇ ਸਿੰਬਲ ਦੇ ਦੇਣਾ ਮੈਨੂੰ ਬੜਾ ਪੇਨਫੁਲ ਲੱਗਾ। 2 ਸਾਲ ਤੋਂ ਮੈਂ ਇਸ ਗੱਲ ਦੇ ਉੱਤੇ ਬੜਾ ਪਰੇਸ਼ਾਨ ਸੀ, ਮੋਰਲੀ ਵੀ, ਔਰ ਮੈਂ ਬਾਰਡਰ ਤੁਸੀਂ ਚਲੇ ਗਏ ਸੀ ਇੱਕ ਕਹਿ ਸਕਦੇ ਹਾਂ ਡਿਪਰੈਸ਼ਨ, ਪੋਲੀਟੀਕਲ ਡਿਪਰੈਸ਼ਨ ਹੈ, ਔਰ ਮੈਂ ਉਸ ਤੋਂ ਨਿਕਲਣ ਦਾ ਯਤਨ ਕੀਤਾ। ਸਿਆਸੀ ਕਤਲ ਹੋਇਆ ਕਾਂਗਰਸ ਕੋਲ, ਮੈਂ ਤਾਂ ਉਦੋਂ ਵੀ ਕਿਹਾ ਸੀਗਾ 2019 ਚ ਵੀ ਕਿਹਾ ਸੀਗਾ ਕਿ ਸਿਆਸੀ ਕਤਲ ਹੈ ਕਾਂਗਰਸ ਦੀ। ਇੱਕ ਸਿਆਸੀ ਕਤਲ ਤੁਹਾਡਾ ਰਾਜਾ ਵੜਿੰਗ ਹੋਰਾਂ ਨੇ ਕੀਤਾ, ਸਿਆਸੀ ਕਤਲ ਤੁਹਾਡਾ ਰਾਹੁਲ ਗਾਂਧੀ ਹੋਰਾਂ ਨੇ ਕੀਤਾ, ਕਿੰਨੇ ਸਿਆਸੀ ਕਤਲ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਕਾਂਗਰਸ ਦੇ ਅੰਦਰ? ਦੇਖੋ, ਮੈਂ ਸਮਝਦਾ ਕਿ ਕਾਂਗਰਸ ਦੀ ਇੱਕ ਪ੍ਰਕਿਰਿਆ ਹੁੰਦੀ ਹੈ, ਕਿਉਂਕਿ ਮੈਂ ਵੀ PCC ਦੇ ਵਿੱਚ ਰਿਹਾ, ਥੱਲੇ ਬਸ ਕਿਸੇ ਦੇ ਨਹੀਂ ਹੈ, ਜੋ ਕੁਛ ਹੁੰਦਾ ਹਾਈਕਮਾਂਡ ਜਿਹੜੀ ਉਹ ਕਰਦੀ। ਹੁਣ ਹਾਈਕਮਾਂਡ ਦੀ ਕੀ ਸੋਚ ਹੈ? ਉਹਨਾਂ ਦੀ ਇਹ ਸੋਚ ਹੈ ਕਿ ਪੁਰਾਣੇ ਬੰਦੇ ਜਿਹੜੇ ਆ ਇਹਨਾਂ ਨੂੰ ਪਿੱਛੇ ਕਰ ਦਿਓ। ਮੇਰੇ ਪਰਿਵਾਰ ਨੂੰ ਕੀਤਾ, ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੂੰ ਕੀਤਾ, ਈਵਨ ਦੁੱਲੋ ਸਾਹਿਬ ਤੁਸੀਂ ਦੇਖ ਲਓ, ਸੰਤੋਸ਼ ਚੌਧਰੀ ਦੇਖ ਲਓ, ਚੌਧਰੀ ਜਗਤ ਰਾਮ ਦੇਖ ਲਓ, ਜਿਹਨਾਂ ਲੋਕਾਂ ਨੇ ਪੰਜਾਬ ਦੇ ਚੱਤਵਾਦ ਦੇ ਵਿੱਚ ਲੜਾਈ ਲੜੀ ਔਰ ਆਪਣੇ ਮੇਰੇ ਫਾਦਰ ਨੇ ਸ਼ਹਾਦਤ ਦਿੱਤੀ। ਅਸੀਂ ਤਾਂ ਸਮਝਦੇ ਹਾਂ ਕਿ ਅਸੀਂ ਪਾਰਟੀ ਦੇ ਇੱਕ ਥੰਮ ਆ, ਜੇ ਪਾਰਟੀ ਸਾਨੂੰ ਨਹੀਂ ਰੱਖਣਾ ਚਾਹੁੰਦੀ ਤਾਂ ਮੈਂ ਪਿੱਛੇ ਹੋ ਜਾਓ, ਫਿਰ ਮੈਂ ਪਿੱਛੇ ਹਟ ਗਿਆ। ਲੇਕਿਨ ਤੁਹਾਨੂੰ ਲੱਗਦਾ ਨਹੀਂ ਕਿ ਕਾਂਗਰਸ 'ਚ ਜ਼ਿਆਦਾ ਰਹਿਤਾ ਫੈਲ ਗਿਆ? ਕਾਂਗਰਸ ਦੀ, ਮੈਂ ਪਹਿਲਾਂ ਕਿਹਾ ਵੀ ਔਰਗਨਾਈਜੇਸ਼ਨ ਅੱਛੀ ਸੀ, ਲੇਕਿਨ ਕੁਛ ਸਾਲਾਂ ਤੋਂ ਬਿਲਕੁਲ ਕਾਂਗਰਸ ਦੀ ਜਿਹੜੀ ਔਰਗਨਾਈਜੇਸ਼ਨ ਆ, ਜਿਹੜੀ ਸੰਗਠਨ ਆ, ਸੰਗਠਨ ਦੇ ਤੌਰ ਦੇ ਉੱਤੇ ਨਾਲ ਖਾਵਾਂਗੇ, ਤਿੱਖੇ ਲੈਂਦੇ ਹੋ ਮਿੱਠੇ ਲੈਂਦੇ ਹੋ? ਤਿੱਖੇ ਲੈਂਦੇ ਹੋ ਮਿੱਠੇ ਲੈਂਦੇ? ਨਹੀਂ, ਮੈਂ ਤਾਂ ਤਿੱਖਾ ਤਾਂ ਮੈਨੂੰ ਬਥੇਰਾ ਕਾਂਗਰਸ ਨੇ ਕਰਤਾ। ਹਾਂ, ਇਸ ਕਰਕੇ ਮੈਂ ਸਮਝਦਾ ਕਿ ਲੱਗਦਾ ਤੁਹਾਡੀ ਜ਼ਿੰਦਗੀ 'ਚ ਅਕਾਲੀ ਦਲ ਮਿਠਾਸ ਲੈ ਕੇ ਆ ਪਾਏਗਾ। ਦੇਖੋ, ਗੱਲ ਇਹ ਆ, ਪੋਲੀਟੀਕਲ ਬੰਦਾ ਜਿਹੜਾ ਹੈਗਾ ਅੱਜ ਕੱਲ੍ਹ ਕਿਸੇ ਵੀ ਦੌਰ ਦੇ ਵਿੱਚ, ਕੋਈ ਜ਼ਮਾਨਾ ਸੀ ਜਦੋਂ ਕੋਈ ਰਾਜਨੀਤਿਕ ਪਾਰਟੀ ਬਦਲਦਾ ਨਹੀਂ ਸੀ, ਕੁਛ ਲੋਕ ਦਲ ਬਦਲੂ, ਲੇਕਿਨ ਮੈਂ ਆਪਣੇ ਆਪ ਨੂੰ ਦਲ ਬਦਲੂ ਨਹੀਂ ਸਮਝਦਾ, ਕਿਉਂਕਿ ਮੈਨੂੰ ਜ਼ਲੀਲ ਕੀਤਾ ਗਿਆ, ਮੈਨੂੰ ਪਾਰਟੀ ਛੱਡਣ ਵਾਸਤੇ ਮਜਬੂਰ ਕੀਤਾ ਗਿਆ, ਇਸ ਕਰਕੇ ਮੈਂ ਪਾਰਟੀ ਜਿਹੜੀ ਆ ਉਹ ਛੱਡੀ। ਲੇਕਿਨ ਜਦੋਂ ਅਕਾਲੀ ਦਲ ਦੇ ਵਿੱਚ ਆਏ, ਤੁਹਾਡੇ ਪੁਰਾਣੇ ਸਾਥੀ ਜਿਹੜੇ ਨੇ, ਜਿਹੜੇ ਤੁਹਾਡੇ ਪਿਤਾ ਦੇ ਟਾਈਮ ਦੇ, ਉਹ ਤੁਹਾਨੂੰ ਕਹਿਣਗੇ ਕਿ ਯਾਰ ਕਿਉਂ ਪਾਰਟੀ ਛੱਡੀ, ਜਾਂ ਉਹ ਤੁਹਾਨੂੰ ਮਤਲਬ ਕਿਤੇ ਅਜਿਹਾ ਨਾ ਹੋਵੇ KP ਸਾਹਿਬ ਨੂੰ ਸਮਝ ਕੇ ਕਾਂਗਰਸ ਨੂੰ ਵੋਟ ਪੈ ਜਾਏ? ਕਿਸੇ ਵੀ ਬੰਦੇ ਨੇ, ਹਾਂ ਮੈਂ ਨਾਂ ਜੇ ਲਵਾਂਗਾ ਤਾਂ ਬਹੁਤ ਲੰਬੀ ਲਿਸਟ ਹੋ ਜਾਏਗੀ, ਹਰ ਵਿਅਕਤੀ ਦਾ ਮੈਨੂੰ ਟੈਲੀਫੋਨ ਆਇਆ ਕਿ ਤੁਸੀਂ ਬਹੁਤ ਵਧੀਆ ਡਿਸੀਜ਼ਨ ਲਿਆ, ਕਿਉਂਕਿ ਕਿਸੇ ਨੇ ਪਹਿਲ ਕਦਮੀ ਕਰਨੀ ਸੀ। ਹਰ ਬੰਦਾ ਇਕੱਠਾ ਹੁੰਦਾ ਸੀ, ਗੱਲ ਕਰਦਾ ਸੀ, ਬੜਾ ਮਾੜਾ ਹੋ ਰਿਹਾ ਜੀ, ਪਾਰਟੀ ਸੰਗਠਿਤ ਨਹੀਂ ਹੈ, ਪਾਰਟੀ ਇਹ ਨਹੀਂ ਹੈ, ਲੇਕਿਨ ਜਦੋਂ ਮੈਂ ਇਹ ਇੱਕ ਕਿਸਮ ਦਾ ਆਪਣੇ ਆਪ ਨੂੰ ਪ੍ਰਪੇਅਰ ਕੀਤਾ ਕਿ ਮੈਂ ਨਹੀਂ ਪਾਰਟੀ ਦੇ ਵਿੱਚ ਰਹਿਣਾ, ਅਤੇ ਉਸ ਤੋਂ ਬਾਅਦ ਹੁਣ ਮੈਨੂੰ ਬਹੁਤ ਸਾਰੇ ਸਾਥੀਆਂ ਦਾ, ਸੀਨੀਅਰ ਲੀਡਰਾਂ ਦਾ ਟੈਲੀਫੋਨ ਆ ਰਿਹਾ ਵੀ ਤੈਨੂੰ ਬਹੁਤ ਵਧਾਈਆਂ, ਤੂੰ ਪਹਿਲਕਦਮੀ ਕੀਤੀ ਆ, ਤਾਂ ਕਿ ਜਿਹੜੇ ਸੁੱਤੇ ਲੋਕ ਜਾਗ ਜਾਣ। ਚੰਨੀ ਹੋਰਾਂ ਨਾਲ ਤੁਹਾਡੀ ਰਿਸ਼ਤੇਦਾਰੀ ਹੈ, ਚੰਨੀ ਹੋਰਾਂ ਨਾਲ ਮੁਕਾਬਲਾ ਕਿਵੇਂ ਕਰੋਗੇ? ਰਿਸ਼ਤੇਦਾਰੀ 'ਚ ਤਾਂ ਬੜਾ ਔਖਾ ਹੁੰਦਾ ਮੁਕਾਬਲਾ ਕਰਨਾ, ਰਿਸ਼ਤੇਦਾਰ ਤੁਹਾਨੂੰ ਕਹਿਣਗੇ ਚੰਨੀ ਨੂੰ ਪ੍ਰਮੋਟ ਕਰੋ, ਤੁਸੀਂ ਹੁਣ ਕਿਵੇਂ ਐਡਜਸਟ ਕਰੋਗੇ ਜਾਂ ਚੰਨੀ ਨੂੰ ਕਿਵੇਂ ਹਰਾਓਗੇ ਤੁਸੀਂ? ਨਹੀਂ, ਹਰਾਉਣ ਜਿਤਾਉਣ ਦੀ ਨਹੀਂ ਗੱਲ ਹੈ। ਦੇਖੋ, ਜਿਹੜੇ ਮੁਕੱਦਰ ਦੇ ਵਿੱਚ ਜਿੱਤ ਲਿਖੀ ਉਹਨੇ ਉਹ ਜਿੱਤ ਲੈ ਜਾਵੇ। ਮੈਂ ਤਾਂ ਰੱਬ ਦੇ ਵਿੱਚ ਯਕੀਨ ਕਰਦਾ, ਅਕਾਲ ਪੁਰਖ ਜੋ ਕਰਦਾ ਬਿਲਕੁਲ ਠੀਕ ਕਰਦਾ। ਤੁਹਾਡਾ ਹੱਕ ਪਹਿਲਾਂ ਚੌਧਰੀ ਪਰਿਵਾਰ ਨੇ ਮਾਰਿਆ, ਹੁਣ ਤੁਹਾਡਾ ਹੱਕ ਤੁਹਾਨੂੰ ਲੱਗਦਾ ਕਿ ਚੰਨੀ ਪਰਿਵਾਰ ਦੇ ਵੱਲੋਂ ਮਾਰਿਆ ਗਿਆ 2022 ਚ ਵੀ 2024 ਚ ਵੀ, ਤੁਹਾਨੂੰ ਲੱਗਦਾ ਚੰਨੀ ਪਰਿਵਾਰ ਨੇ, ਕਲੀਅਰ ਸ਼ਬਦਾਂ 'ਚ ਪੁੱਛਾਂਗੇ, ਚੰਨੀ ਪਰਿਵਾਰ ਨੇ ਤੁਹਾਡਾ ਹੱਕ ਮਾਰਿਆ? ਮੈਂ ਦੇਖੋ 2009 ਦੇ ਵਿੱਚ ਜਲੰਧਰ ਤੋਂ ਲੋਕ ਸਭਾ 'ਚ ਗਿਆ, ਔਰ 14 ਦੇ ਵਿੱਚ ਮੈਨੂੰ ਹੁਸ਼ਿਆਰਪੁਰ ਭੇਜਤਾ, ਪਾਰਟੀ ਨੇ ਕਿਹਾ ਕਿ ਸਾਨੂੰ ਲੋੜ ਹੈ ਇੱਕ ਅੱਛੇ ਕਦਾਵਾਰ ਲੀਡਰ ਦੀ ਜਿਹੜਾ ਉੱਥੇ ਲੜ ਸਕੇਗਾ। ਮੈਂ ਉੱਥੋਂ ਸਭ ਤੋਂ ਘੱਟ ਵੋਟ 'ਤੇ ਹਰਿਆ, ਜਿਹੜੀ ਉਸ ਵੇਲੇ ਕਿਉਂਕਿ ਮੋਦੀ ਸਾਹਿਬ ਦੀ ਵੇਵ ਸੀ, BJP ਦੀ ਪੂਰੀ ਵੇਵ ਸੀ 2014 ਦੇ ਵਿੱਚ, ਅਤੇ ਮੈਂ 11-12 ਹਜ਼ਾਰ ਵੋਟ 'ਤੇ ਉੱਥੋਂ ਮੈਂ ਹਰਿਆ। ਉਸ ਤੋਂ ਬਾਅਦ ਪਾਰਟੀ ਨੇ ਮੇਰੀ ਕਦੇ ਕੋਈ ਮੈਨੂੰ ਨਹੀਂ ਪੁੱਛਿਆ ਵੀ ਯਾਰ ਤੈਨੂੰ ਟਿਕਟ ਦਿੱਤੀ ਸੀਗੀ, ਪਾਰਟੀ ਨੇ ਤੈਨੂੰ ਮਜਬੂਰ ਕੀਤਾ ਸੀ ਉੱਥੇ ਜਾਣ ਵਾਸਤੇ, ਇੱਕ ਦੋ ਅਤੇ ਇਸ ਕਰਕੇ ਤੁਸੀਂ ਕੁਛ ਤੁਹਾਨੂੰ ਕੋਈ ਸੰਗਠਨ ਦੇ ਵਿੱਚ ਲੈ ਲਈਏ, ਤੁਹਾਨੂੰ ਕੋਈ ਕਰ ਲਈਏ, ਕਿਉਂਕਿ
ਦੂਸਰੀ ਜਗ੍ਹਾ ਤੁਸੀਂ ਜਾ ਕੇ ਮੁਕਾਬਲਾ ਕੀਤਾ। ਬਲਕਿ ਮੈਨੂੰ ਤਾਂ ਇਹੀ ਸਮਝਣ ਲੱਗ ਹੌਲੀ 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 ਸਮਝਣ ਲੱਗ ਪਏ ਜੇ ਮੈਂ ਲਾਇਬਿਲਟੀ ਹਾਂ ਪਾਰਟੀ, ਔਰ 2022 ਦੇ ਵਿੱਚ ਜੋ ਹੋਇਆ ਉਹ ਮੈਂ ਤੁਹਾਨੂੰ ਬਿਆਨ। ਨਹੀਂ, ਤੁਹਾਡਾ ਹੱਕ ਕਿੰਨੇ ਮਾਰਿਆ? ਚੰਨੀ ਪਰਿਵਾਰ ਨੇ ਮਾਰਿਆ, ਚੌਧਰੀ ਪਰਿਵਾਰ ਨੇ? ਨਹੀਂ, ਉਸ ਵੇਲੇ ਤਾਂ ਜਦੋਂ 2014 ਦੇ ਵਿੱਚ ਸੀ ਉਸ ਵੇਲੇ ਤਾਂ ਇਹ ਨਹੀਂ ਸੀਗੇ ਇਹ ਫੀਲਡ ਦੇ ਵਿੱਚ। ਹੁਣ ਜਿਹੜੀ ਗੱਲ ਹੈ, ਇਸ ਵੇਲੇ ਜਦੋਂ ਰਾਹੁਲ ਗਾਂਧੀ ਜੀ ਨੇ ਜਲੰਧਰ ਦੇ ਵਿੱਚ ਆਏ, ਉਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ ਕਿ ਤੁਹਾਨੂੰ ਟਿਕਟ ਜਿਹੜੀ ਹੈ ਦਿੱਤੀ ਜਾਏਗੀ। ਹੁਣ ਜੇ ਰਾਹੁਲ ਗਾਂਧੀ ਜੀ ਕਿਹੜੇ ਸਾਲ ਦੀ ਗੱਲ ਕਰ ਰਹੇ? 2022 ਦੇ ਵਿੱਚ, 2022 'ਚ ਜਦੋਂ ਟਿਕਟ ਕੱਟੀ ਗਈ ਹੈ। ਉਦੋਂ ਤੁਹਾਨੂੰ ਕਿਹਾ ਲੋਕ ਸਭਾ ਤੁਹਾਨੂੰ 24 ਦੀ ਲਾਉਣ? ਨਹੀਂ ਨਹੀਂ, ਉਹਨਾਂ ਨੇ ਕਿਹਾ ਅਸੈਂਬਲੀ ਦੀ ਟਿਕਟ ਹੀ ਦਿੱਤੀ ਜਾਏਗੀ, ਜਿਹੜੀ ਮੇਰੀ ਇਹਨਾਂ ਨੇ 3:45 ਕੱਟ ਦਿੱਤੀ। ਇਹਦਾ ਮਤਲਬ ਜੇ ਰਾਹੁਲ ਗਾਂਧੀ ਨੇ ਆਦੇਸ਼ ਇਹਨਾਂ ਨੂੰ ਕੀਤਾ ਸੀ, ਉਸ ਵੇਲੇ ਸਿੱਧੂ ਸਾਹਿਬ ਸੀਗੇ ਪ੍ਰਧਾਨ, ਇਹ ਮੁੱਖ ਮੰਤਰੀ ਸੀਗੇ, ਉਹ ਆਪਣੇ ਹਰੀਸ਼ ਚੌਧਰੀ ਉਸ ਵੇਲੇ ਸਾਡੇ ਪ੍ਰਭਾਰੀ ਸੀਗੇ, KC ਵੇਣੂਗੋਪਾਲ ਸੀਗੇ, 5 ਬੰਦਿਆਂ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਅਸੀਂ ਨਹੀਂ ਕੱਟਦੇ, ਤੁਹਾਨੂੰ ਟਿਕਟ ਦੇਵਾਂਗੇ। ਲੇਕਿਨ ਤੁਹਾਡਾ ਹੱਕ ਚੰਨੀ ਸਾਹਿਬ ਨੇ ਮਾਰੇ? ਦੇਖੋ, ਹੱਕ ਦੀ ਮੈਂ ਹੁਣ ਕਹਿ ਨਹੀਂ ਗੱਲ ਕਰ ਰਿਹਾ, ਮੈਂ ਤਾਂ ਉਦੋਂ ਦਾ ਆਹਤ ਸੀਗਾ 2022 ਤੋਂ ਹੀ, ਸਿੱਧੂ ਤਾਂ ਕਮੈਂਟਰੀ 'ਚ ਚਲੇ ਗਏ ਨਵਜੋਤ ਸਿੰਘ ਸਿੱਧੂ ਨਾਲ, ਅਤੇ ਤੁਸੀਂ ਉਹ ਇੰਝ ਲੱਗ ਰਿਹਾ ਸੀ ਕੋਈ ਨਵਾਂ ਫਰੰਟ ਤਿਆਰ ਕਰੋਗੇ। ਸਿੱਧੂ ਹੋਰਾਂ ਨੇ ਉਹ ਫਰੰਟ ਤਿਆਰ ਕੀਤਾ ਨਹੀਂ, ਜਾਂ ਸਿੱਧੂ ਹੋਰਾਂ 'ਚ ਉਹ ਹਿੰਮਤ ਨਹੀਂ ਸੀ, ਜਾਂ ਸਿੱਧੂ ਹੋਰੀ ਕਾਂਗਰਸ ਨਹੀਂ ਛੱਡਣਾ ਚਾਹੁੰਦੇ ਸੀ, ਜਾਂ ਸਿੱਧੂ ਹੋਰੀ ਕਮੈਂਟਰੀ ਕਰਨਾ ਚਾਹੁੰਦੇ ਸੀ? ਕੀ ਗੱਲਬਾਤ ਤੁਹਾਡੀ ਹੋਈ? ਕਿਉਂਕਿ ਤੁਹਾਡੀ ਗੱਲ, ਦੇਖੋ ਗੱਲ ਇਹ ਆ ਕਿ ਸਿੱਧੂ ਸਾਹਿਬ ਦੀਆਂ ਵੀ ਮਜਬੂਰੀਆਂ ਹੋ ਗਈਆਂ, ਉਹਨਾਂ ਦੀ ਵਾਈਫ, ਜਿਵੇਂ ਮੇਰੀ ਵਾਈਫ ਬਿਮਾਰ ਆ, ਉਹਨਾਂ ਦੀ ਵਾਈਫ ਬਿਮਾਰ ਹੈ, ਥੋੜ੍ਹੀਆਂ ਫਾਈਨੈਂਸ਼ੀਅਲ ਉਹ ਹੋ ਜਾਂਦੀਆਂ। ਸਾਡੇ ਵਰਗੇ ਬੰਦੇ ਜਿਹੜੇ ਕਿਸੇ ਦੇ ਅੱਗੇ ਹੱਥ ਨਹੀਂ ਚੁੱਕ ਸਕਦੇ, ਨਾ ਸਿੱਧੂ ਸਾਹਿਬ ਕਿਸੇ ਦੇ ਅੱਗੇ ਹੱਥ ਫੈਲਾ ਸਕਦੇ ਨੇ, ਉਹਨਾਂ ਨੇ ਆਪਣੀ ਕਮੈਂਟਰੀ ਨੂੰ ਅਡੋਪਟ ਕੀਤਾ। ਲੇਕਿਨ ਮੈਂ ਸਮਝਦਾ ਕਿ ਉਹਨਾਂ ਨੂੰ ਪੂਰਾ ਇੰਟਰਵਿਊ ਕਰਨਾ ਚਾਹੀਦਾ ਸੀਗਾ, ਜਿਹੜਾ ਸ਼ਾਇਦ ਉਹ ਨਹੀਂ ਕਰ ਪਾਏ। ਹੁਣ ਫਾਈਟ ਕਿਸ ਦੇ ਨਾਲ ਤੁਹਾਡੀ ਨਜ਼ਰ ਆਉਂਦੀ? ਚੰਨੀ ਹੋਰਾਂ ਨਾਲ ਨਜ਼ਰ ਆਉਂਦੀ, ਰਿੰਕੂ ਹੋਰਾਂ ਨਾਲ ਨਜ਼ਰ ਆਉਂਦੀ, ਟੀਨੂ ਹੋਰਾਂ ਨਾਲ ਨਜ਼ਰ ਆਉਂਦੀ? ਦੇਖੋ, ਇੱਥੇ ਜਲੰਧਰ ਦੇ ਵਿੱਚ 5 ਕੋਨਾ ਫਾਈਟ ਆ, ਔਰ 5 ਦੇ ਵਿੱਚ ਹੀ ਵੋਟਾਂ ਜਿਹੜੀਆਂ ਉਹ ਤਕਸੀਮ ਹੋਣੀਆਂ। ਔਰ ਜਿਹੜਾ ਫਾਈਟ ਤੁਹਾਨੂੰ ਕਹਿੰਦੇ ਨਾਲ ਲੱਗਦਾ ਮੁਕਾਬਲਾ ਕਿਸ? ਦੇਖੋ, ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਨਾਲ ਹੈ ਕਿ ਬੀ ਨਾਲ, 5 ਕੋਨੇ ਫਾਈਟ ਜਿਹੜੀ ਹੈਗੀ ਉਹ ਜਲੰਧਰ। ਦੂਸਰਾ, ਡੇਰਾ ਫੈਕਟਰ ਬਹੁਤ ਜ਼ਿਆਦਾ ਹੈ ਜਲੰਧਰ ਸੀਟ ਦੇ ਉੱਤੇ, ਦੁਆਬਾ ਸੀਟ ਦੇ ਉੱਤੇ ਡੇਰਾ ਬੱਲਾ ਦਾ ਬਹੁਤ ਪ੍ਰਭਾਵ ਹੈ, ਡੇਰਾ ਬਿਆਸ ਦਾ ਬਹੁਤ ਪ੍ਰਭਾਵ ਹੈ, ਬਹੁਤ ਸਾਰੇ ਡੇਰੇ ਨੇ, ਡੇਰਿਆਂ 'ਚ ਹੁਣ ਸਾਰੇ ਗੇੜੇ ਵੀ ਲੱਗਣਗੇ। ਚੰਨੀ ਸਾਹਿਬ ਤਾਂ ਸਪੈਸ਼ਲੀ ਡੇਰਾ ਬੱਲਾ ਬਹੁਤ ਜਾਂਦੇ ਨੇ, ਬਿਆਸ ਵੀ ਜਾਣਗੇ। ਤੁਹਾਡਾ ਡੇਰਿਆਂ ਨਾਲ ਕੀ ਕਨੈਕਸ਼ਨ ਹੈ, ਕਿਸ ਤਰੀਕੇ ਦੀ ਡੇਰੇ ਨਾਲ ਤੁਹਾਡੀ ਰਿਸ਼ਤੇ ਨੇ? ਦੇਖੋ, ਧਾਰਮਿਕ ਤੌਰ 'ਤੇ ਮੈਂ ਬਿਆਸ ਡੇਰੇ ਰਾਧਾ ਸਵਾਮੀ ਸਤਸੰਗ ਨਾਲ ਜੁੜਿਆ ਹੋਇਆ, ਅੱਜ ਤੋਂ ਨਹੀਂ ਸਾਡੀਆਂ ਪੀੜ੍ਹੀਆਂ ਤੋਂ। ਮੇਰੇ ਗ੍ਰੈਂਡ ਫਾਦਰ, ਮੇਰੇ ਦਾਦਾ ਜੀ ਜੁੜੇ ਸੀ, ਫਾਦਰ ਜੁੜੇ ਰਹੇ, ਹੁਣ ਮੈਂ ਜੁੜਿਆ। ਇਸ ਕਰਕੇ ਦੇਖੋ, ਧਰਮ ਆਪਣੀ ਜਗ੍ਹਾ ਹੈ, ਰਾਜਨੀਤੀ ਆਪਣੀ। ਡੇਰਾ ਬੱਲਾ ਤੁਸੀਂ? ਦੇਖੋ, ਜਿਹੜੇ ਡੇਰੇ ਮੈਂ ਜਾ ਕੇ ਆਇਆ, ਡੇਰਾ ਬੱਲਾ ਜਾ ਕੇ ਆਇਆ, ਤੁਸੀਂ ਤਾਂ ਅਸੀਂ ਤਾਂ ਬਹੁਤ ਹੋਰਾਂ ਨੂੰ ਵੀ ਮਿਲੇ, ਮੈਂ ਤਾਂ ਬਹੁਤ ਪੁਰਾਣੇ ਜਾਂਦੇ ਹਾਂ, ਅੱਜ ਤੋਂ ਨਹੀਂ ਜਾਂਦੇ ਡੇਰੇ ਬੱਲਾ। ਮੈਂ ਕੱਲ੍ਹ ਬਾਬਾ ਜੀ ਮੈਨੂੰ ਕਹਿ ਰਹੇ ਸੀ, ਕਾਕਾ ਜਦੋਂ ਤੇਰੇ ਦਾਦੇ ਹੁੰਦੇ ਸੀ ਉਦੋਂ ਸਾਡੇ ਵੱਡੇ ਮਹਾਰਾਜ ਜੀ ਉੱਥੇ ਜਾਂਦੇ। ਡੇਰੇ ਦਾ ਕਿੰਨਾ ਪ੍ਰਭਾਵ ਹੈ? ਦੇਖੋ, ਜਿਹੜੇ ਡੇਰੇ ਦੇ ਵਿੱਚ ਲੋਕ ਹੈ, ਮੰਨਦੇ ਨੇ, ਆਫਟਰ ਉਹਨਾਂ ਦੇ ਵੋਟ 'ਤੇ ਪਾਉਣੀ ਹੈ, ਉਹ ਆਪਣੀ ਕੌਨਸ਼ੀਅਸ ਨਾਲ ਵੋਟ ਪਾ ਦੇਣਗੇ। ਮੈਂ ਤਾਂ ਸਮਝਦਾ ਕਿ ਧਰਮ ਜਿਹੜਾ ਸਾਨੂੰ ਇਹ ਸਿਖਾਉਂਦਾ ਕਿ ਅਸੀਂ ਆਪਣੀ ਜਿਹੜੀ ਸਾਡੀ ਕੌਨਸ਼ੀਅਸ ਹੈ ਉਹਦੇ ਨਾਲ ਆਪਣਾ ਵੋਟ। ਸੀਚੇਵਾਲ ਹੋਰਾਂ ਨੂੰ ਤੁਸੀਂ ਅੱਜ ਮਿਲੇ, ਸੀਚੇਵਾਲ ਹੋਰਾਂ ਨੇ ਕੀ ਕਿਹਾ? ਉਹ ਕਹਿੰਦੇ ਕਿ ਤੁਹਾਡੇ ਲਈ ਪ੍ਰਚਾਰ ਕਰਾਂਗਾ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਆ, ਉਹਨਾਂ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਲਈ ਪ੍ਰਚਾਰ ਨਹੀਂ ਕਰਾਂਗਾ। ਦੇਖੋ, ਕੋਈ ਆਦਮੀ, ਕੋਈ ਮਹਾਂਪੁਰਸ਼ ਜਿਹੜਾ ਆ ਉਹ ਇਹ ਨਹੀਂ ਕਹਿੰਦਾ ਹੁੰਦਾ ਕਿ ਮੈਂ ਤੁਹਾਡੀ ਮਦਦ ਕਰਾਂਗਾ। ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਅਸੀਂ ਮੈਂ ਆਪਣੀ ਪਾਰਟੀ ਲਈ ਪ੍ਰਚਾਰ ਨਹੀਂ ਕਰ ਰਿਹਾ, ਕਿਉਂਕਿ ਮੈਂ ਆਪਣੀ ਪਾਰਟੀ ਨੂੰ ਕਹਿ ਦਿੱਤਾ ਕਿ ਮੈਂ ਚੋਣਾਂ ਚਾਹਣਾ ਦੇ ਚੱਕ ਲਈ, ਕਿਉਂਕਿ ਇੱਕੋ ਮਹਾਂਪੁਰਸ਼ ਆਦਮੀ। ਸੀਚੇਵਾਲ ਹੋਰਾਂ ਤੁਹਾਨੂੰ ਕਿਹਾ ਕਿ ਆਮ ਆਦਮੀ ਪਾਰਟੀ ਲਈ ਪ੍ਰਚਾਰ ਨਹੀਂ ਕਰ ਰਿਹਾ? ਉਹਨਾਂ ਨੇ ਕਿਹਾ ਮੈਂ ਕਿਸੇ ਪਾਰਟੀ ਲਈ ਪ੍ਰਚਾਰ।
ਠੀਕ ਹੈ ਠੀਕ ਹੈ ਨਾ, ਜੋ ਮੈਂ ਆਮ ਆਦਮੀ ਪਾਰਟੀ ਲਈ ਵੀ ਪ੍ਰਚਾਰ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਕਲੀਅਰ ਕੀਤਾ, ਬਿਲਕੁਲ ਬਿਲਕੁਲ ਉਹ ਤਾਂ ਅਖਬਾਰਾਂ ਦੇ ਵਿੱਚ ਵੀ ਉਹਨਾਂ ਨੇ ਕਹਿ ਦਿੱਤਾ ਹੈਗਾ, ਓਪਨਲੀ ਕਹਿ ਦਿੱਤਾ ਕਿ ਮੈਂ ਨਹੀਂ ਕਰਾਂਗਾ। ਹੁਣ ਜਿਹੜੇ ਬਾਕੀ ਦੇ ਡੇਰੇ ਆ, ਹਰ ਇੱਕ ਨੂੰ ਆਪਣੀ ਆਪਣੀ ਸ਼ਰਧਾ ਆਸਥਾ ਹੈ, ਆਸਥਾ ਅਨੁਸਾਰ ਜਾਂਦਾ। ਅਸੀਂ ਤਾਂ ਡੇਰੇ ਜਾਂਦੇ ਹਾਂ ਜਦੋਂ ਅਸੀਂ ਤਾਂ ਬਲੈਸਿੰਗ ਪੰਜ ਗੋਨਾ ਮੁਕਾਬਲਾ ਹੁੰਦਾ, ਉਹਦਾ ਫਾਇਦਾ ਕਿਹਨੂੰ ਹੁੰਦਾ? ਸੱਤਾ ਧਿਰ ਨੂੰ ਹੁੰਦਾ, ਸੈਂਟਰ ਦੀ ਜਿਹੜੀ ਪਾਰਟੀ ਉਹਨੂੰ ਹੁੰਦਾ, ਜਾਂ ਖੇਤਰੀ ਪਾਰਟੀ ਨੂੰ ਫਾਇਦਾ ਹੁੰਦਾ? ਕਿਸ ਨੂੰ ਫਾਇਦਾ ਹੁੰਦਾ? ਦੇਖੋ, ਮੈਂ ਤਾਂ ਸਮਝਦਾ ਕਿ ਅਕਾਲੀ ਦਲ ਖੇਤਰੀ ਪਾਰਟੀ ਹੈ। ਅਕਾਲੀ ਦਲ ਨੇ ਬਹੁਤ ਪੰਜਾਬ ਵਾਸਤੇ ਸੰਘਰਸ਼ ਵੀ ਕੀਤਾ, ਠੀਕ ਹੈ, 22 ਦੇ ਵਿੱਚ ਸੀਟਾਂ ਘੱਟ ਮਿਲੀਆਂ, ਲੇਕਿਨ ਕਦੇ ਵੀ ਔਰਗਨਾਈਜੇਸ਼ਨ ਜਿਹੜੀ ਹੈ ਚੰਗੀ ਹੋਵੇ ਉਹ ਮਰਦੀ ਨਹੀਂ। ਅਕਾਲੀ ਦਲ ਦਾ ਆਧਾਰ ਹੈ, ਜਨ ਆਧਾਰ ਹੈ, ਲੋਕਾਂ ਦੇ ਵਿੱਚ ਪੂਰਾ ਮਾਣ ਔਰ ਸਨਮਾਨ ਜਿਹੜਾ ਹੈ ਹੋਇਆ, ਅੱਗੇ ਨਾਲੋਂ ਅਕਾਲੀ ਦਲ ਬਹੁਤ ਵੱਧ ਰਿਹਾ। ਔਰ ਤੁਸੀਂ ਦੇਖੋਗੇ ਜਲੰਧਰ ਦੀ ਸੀਟ 'ਤੇ, ਤੁਸੀਂ ਹੈਰਾਨ ਹੋ ਜਾਓਗੇ ਕਿਸ ਤਰੀਕੇ ਨਾਲ ਲੋਕ ਜਿਹੜੇ ਆ। ਜਲੰਧਰ ਦੀ ਸੀਟ 'ਤੇ ਕਾਂਗਰਸ ਦੀ ਕੀ ਪੋਜੀਸ਼ਨ ਰਹੇਗੀ? ਠੀਕ ਆ, ਫਰਕ ਦਾ ਮੁਕਾਬਲਾ ਹੈ। ਕਾਂਗਰਸ ਬੇਸਿਕਲੀ ਜਿੰਨੇ ਇਲੈਕਸ਼ਨ ਹੋਏ ਆ ਮੋਸਟਲੀ ਤਾਂ ਕਾਂਗਰਸ ਹੀ ਜਿੱਤੀ ਹੈ ਨਾ ਜੀ ਇੱਥੋਂ। ਚੌਧਰੀ ਪਰਿਵਾਰ ਦਾ ਬੀਜੇਪੀ 'ਚ ਜਾਣ ਨਾਲ ਔਰ ਵਿਕਰਮ ਚੌਧਰੀ ਨੂੰ ਕਾਂਗਰਸ ਨੇ ਸਸਪੈਂਡ ਕਰਨ ਨਾਲ ਕਿੰਨਾ ਕੁ ਅਸਰ ਕਾਂਗਰਸ 'ਤੇ ਪਏਗਾ? ਦੇਖੋ, ਇਹ ਤਾਂ ਮੈਨੂੰ ਲੱਗਦਾ ਇੱਕ ਨੀਤੀ ਹੈ ਕਾਂਗਰਸ ਦੀ। ਹੁਣ ਦੇਖੋ, ਦਲਿਤ ਸੀਟ ਹੈ, ਐਸੀ ਸੀਟ ਹੈ, ਅਤੇ ਤੁਸੀਂ ਐਸੀਆਂ ਨੂੰ ਵੀ ਬਾਹਰ ਕੱਢੀ ਜਾ ਰਹੇ। ਅੱਜ ਤੱਕ ਕਦੇ ਕਾਂਗਰਸ ਪਾਰਟੀ ਨੇ ਇਹ ਨਹੀਂ ਕੀਤਾ ਕਿ ਕਿਸੇ ਐਸੀ ਵਰਗ ਦੇ ਬੰਦੇ ਨੂੰ ਡਿਸਕੁਆਲੀਫਾਈ ਕਰ ਦਿਓ ਜਾਂ ਉਹਨੂੰ ਨੋਟਿਸ ਦੇ ਦਿਓ ਜਾਂ ਉਹਨਾਂ ਨੂੰ ਇਹ ਕਰੋ। ਜੇ ਉਹਨਾਂ ਨੇ ਕੋਈ ਕੰਮ ਕੀਤਾ ਸੀ, ਉਹਨਾਂ ਨੂੰ ਡਿਸਿਪਲਿਨਰੀ ਐਕਸ਼ਨ ਕਮੇਟੀ ਹੈ, ਤੁਸੀਂ ਉਹਨਾਂ ਨੂੰ ਨੋਟਿਸ ਦਿਓ, ਸ਼ੋਕਾਜ਼ ਨੋਟਿਸ ਦਿਓ, ਅਤੇ ਉਹਦੇ ਐਕਸਪਲੇਨੇਸ਼ਨ ਲਓ। ਇਹ ਕਿਹਾ, ਉਹ ਡਿਕਟੇਟਰਸ਼ਿਪ ਹੋਈ, ਉਹਨੂੰ ਕੱਢ ਕੇ ਉਹਨੂੰ ਕੱਢ ਦਿੱਤਾ ਜੀ, ਮੁਅੱਤਲ ਕਰ ਦਿੱਤਾ ਜੀ। ਸਿਆਸਤ ਤੁਹਾਨੂੰ ਲੱਗਦਾ ਹੈ ਕਿ ਗੋਲਗੱਪੇ ਦੇ ਖੱਟੇ ਮਿੱਠੇ ਪਾਣੀ ਦੀ ਤਰ੍ਹਾਂ ਹੈ? ਕਦੀ ਖੱਟੀ ਹੋ ਜਾਂਦੀ, ਕਦੀ ਮਿੱਠੀ, ਕਦੀ ਕੌੜੀ ਹੋ ਜਾਂਦੀ। ਜਦੋਂ ਆਪਣੇ ਕਈ ਵਾਰ ਜਿਹੜੇ ਆ ਉਹ ਕੌੜਾ ਪਨ ਕਰ ਦਿੰਦੇ, ਆਪਣੇ ਬੰਦੇ ਜਿਹੜੇ ਕਤਲ ਕਰ ਦਿੰਦੇ ਸਿਆਸੀ ਦੇ। ਦੇਖੋ, ਜਦੋਂ ਪਾਰਟੀ ਜਿੱਤਦੀ ਹੈ ਉਦੋਂ ਲੱਗਦਾ ਵੀ ਇਹ ਬੜੀ ਮਿੱਠੀ ਚੀਜ਼ ਹੈ, ਜਦੋਂ ਪਾਰਟੀ ਹਾਰ ਜਾਂਦੀ ਹੈ ਉਦੋਂ ਲੱਗਦਾ ਵੀ ਬੜੀ ਇਹ ਕੌੜੀ ਚੀਜ਼ ਹੈ, ਜਦੋਂ ਕਿਸੇ ਨੂੰ ਇਗਨੋਰ ਕਰ ਦਿੱਤਾ ਜਾਂਦਾ ਫਿਰ ਉਦੋਂ ਲੱਗਦਾ ਵੀ ਇਸ ਤੋਂ ਮਾੜੀ ਕੁਝ ਗੱਲ ਹੈ ਹੀ ਨਹੀਂ ਪਾਰਟੀ ਦੇ। ਕਿਉਂਕਿ ਹਰ ਵਾਰੀ ਪਾਰਟੀ ਜਦੋਂ ਨਵੇਂ ਤਜਰਬੇ ਕਰਦੀ ਹੈ ਨਾ ਜੀ, ਆਪਣੇ ਐਸਟੈਬਲਿਸ਼ ਬੰਦਿਆਂ ਨੂੰ ਛੱਡ ਕੇ, ਹੁਣ ਦੇਖੋ ਮੈਨੂੰ ਤਾਂ ਪਤਾ ਨਹੀਂ ਕਾਂਗਰਸ ਪਾਰਟੀ ਦੀ ਕੀ ਕਿਸ ਤਰੀਕੇ ਨਾਲ ਟਿਕਟਾਂ ਦੀ ਵੰਡ ਹੈ। ਜਿਹੜਾ ਜਲੰਧਰ ਦਾ ਬੰਦਾ ਉਹਨੂੰ ਸੰਗਰੂਰ ਲੜਾ ਰਹੇ ਨੇ, ਬਾਹਰਲੇ ਬੰਦੇ ਨੂੰ ਜਲੰਧਰ ਲੜਾ ਰਹੇ ਨੇ, ਮੈਨੂੰ ਇਹਨਾਂ ਨੇ ਕਿਹਾ ਸੀਗਾ ਤੁਸੀਂ ਹੁਸ਼ਿਆਰਪੁਰ ਲੜ ਲਓ। ਤੋ ਇੱਦਾਂ ਦੀਆਂ ਗੱਲਾਂ ਕਰਨ ਨਾਲ ਜਿਹੜਾ ਲੋਕਲ ਬੰਦਾ, ਹੁਣ ਮੈਨੂੰ ਕੋਈ ਜਲੰਧਰ ਦੇ ਵਿੱਚ ਆ ਜਿੰਨੀਆਂ ਦੁਕਾਨਾਂ ਆ, ਜਿੰਨਾ ਬਾਜ਼ਾਰ ਆ, ਕਿਸੇ ਨੂੰ ਪੁੱਛ ਲਓ ਕੌਣ ਆ ਮਹਿੰਦਰ ਸਿੰਘ ਕੇਪੀ, ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਰਾਜਾ ਵੜਿੰਗ ਹੋਰਾਂ ਨੂੰ ਮੈਂ ਸਵਾਲ ਕੀਤਾ, ਮੈਂ ਕਿਹਾ ਕੇਪੀ ਹੋਰਾਂ ਨਾਲ ਤੁਸੀਂ ਇੱਦਾਂ ਕਿਉਂ ਕੀਤਾ, ਉਹਨਾਂ ਦਾ ਤਾਂ ਸਾਰਾ ਪਰਿਵਾਰ ਸਾਰੀ ਜ਼ਿੰਦਗੀ ਰਿਹਾ। ਕਹਿੰਦੇ 70 ਸਾਲ ਦੇ ਬਜ਼ੁਰਗ ਨੂੰ ਹੁਣ ਟਿਕਟ ਥੋੜ੍ਹੀ ਦਿਓ। ਮੈਂ ਹੁਣ ਬਜ਼ੁਰਗ ਹੋ ਗਿਆ। ਉਹਨਾਂ ਨੇ ਉਹ ਕਹਿੰਦਾ ਕਿ 70 ਸਾਲ ਦੇ, ਕਹਿੰਦੇ ਸਾਰੀ ਉਮਰ ਦਿੱਤੀ, ਸਾਰਾ ਕੁਝ ਪਾਰਟੀ ਨੂੰ ਦਿੱਤਾ, ਪ੍ਰਧਾਨ ਲਾਇਆ, ਮੈਂਬਰ ਪਾਰਲੀਮੈਂਟ ਬਣਾਇਆ, ਜੇ ਇੱਕ ਵਾਰ ਪਾਰਟੀ ਨਹੀਂ ਦਿੱਤੀ ਕੀ ਹੋ ਗਿਆ? ਨੌਜਵਾਨ ਬੰਦੇ ਵੀ ਅੱਗੇ ਲੈ ਕੇ ਆਣੇ, ਕਹਿੰਦੇ ਕਿੰਨੀ ਕੁ ਗੱਲ ਹੋ ਗਈ। ਇਹ ਤੇ ਫਿਰ ਇਹ ਹੋਇਆ ਕਿ ਨਹੀਂ ਮਿਲਿਆ ਤੇ ਅਗਲੀ ਪਾਰਟੀ ਚਲੇ ਜਾਓ। ਰਾਜਾ ਵੜਿੰਗ ਹੋਰੀ ਕਹਿ ਰਹੇ, ਉਹਨਾਂ ਨੂੰ ਇਹ ਪੁੱਛੋ ਰਾਜਾ ਵੜਿੰਗ ਸਾਹਿਬ ਸਾਡੇ ਪ੍ਰਧਾਨ ਨੇ ਕਿ ਜਦੋਂ ਤੁਹਾਡੇ ਪ੍ਰਧਾਨ ਨਹੀਂ ਹੋਣ, ਤੁਹਾਡੇ ਪ੍ਰਧਾਨ ਸੀ ਮੈਂ ਤਾਂ ਇਹੀ ਕਹਿ ਰਿਹਾ ਨਾ, ਸਾਡੇ ਪ੍ਰਧਾਨ ਸੀ ਜਦੋਂ ਮੈਂ ਮਹਿੰਦਰ ਸਿੰਘ KPPCC ਦਾ ਪ੍ਰਧਾਨ ਸੀ, 33 ਲੱਖ ਜਿਹੜੀ ਮੇਰੀ ਭਰਤੀ ਹੋਈ ਸੀ ਉਸ ਵੇਲੇ, ਔਰ ਕਾਂਗਰਸ ਦੇ ਕੋਲ ਟੈਲੀਫੋਨ ਦਾ ਬਿੱਲ ਔਰ ਬਿਜਲੀ ਦਾ ਬਿੱਲ ਦੇਣ ਵਾਸਤੇ ਪੈਸੇ ਨਹੀਂ ਸੀਗੇ। ਜਿਸ ਵੇਲੇ ਮੈਂ ਛੱਡੀ, 3 ਕਾਰਾਂ ਛੱਡ ਕੇ ਆਇਆ ਅਤੇ ਕਾਫੀ ਪੈਸਾ ਜਿਹੜਾ ਮੈਂ ਉੱਥੇ ਛੱਡ ਕੇ ਆਇਆ। ਰਾਜਾ ਵੜਿੰਗ ਦੀ ਭਰਤੀ ਤੁਸੀਂ ਕੀਤੀ ਸੀ? ਨਹੀਂ, ਉਸ ਵੇਲੇ ਮੈਂ ਪ੍ਰਧਾਨ ਸੀ ਨਾ, ਮੇਰੀ ਪ੍ਰਧਾਨਗੀ ਥੱਲੇ ਹੀ ਹੋਣਾ ਸੀਗਾ, ਔਰ ਸ਼੍ਰੀਮਤੀ ਸੋਨੀਆ ਗਾਂਧੀ ਨੇ ਮੈਨੂੰ ਉੱਥੋਂ ਇੱਕ ਲੈਟਰ ਦਿੱਤਾ, ਭੇਜਿਆ ਔਸਕਰ ਫਰਨਾਂਡਿਸ ਨੂੰ ਕਿ ਇਹਨਾਂ ਨੇ ਅੱਛਾ ਕੰਮ ਕੀਤਾ, ਇਹਨਾਂ ਨੂੰ ਇਹ ਸ਼ਾਬਾਸ਼ ਦਿੱਤੀ ਜਾਂਦੀ। ਲੇਕਿਨ ਤੁਹਾਨੂੰ ਸ਼ਾਬਾਸ਼ ਤਾਂ ਕੀ ਮਿਲਣੀ ਹੈ, ਤੁਹਾਡਾ ਤਾਂ ਬਿਲਕੁਲ ਗੱਲ ਆ। ਦੇਖੋ, ਮੈਂ ਤਾਂ ਸਮਝਦਾ, ਹਰ ਬੰਦਾ ਸਮਝਦਾ ਕਿ ਯਾਰ ਇਹ ਰਾਜਨੀਤਿਕ ਕਦ ਵੱਡਾ ਹੋ ਰਿਹਾ ਤਾਂ ਕਦ ਛੋਟਾ ਕਰੋ। ਰਾਹੁਲ ਗਾਂਧੀ ਨੂੰ ਕਿਵੇਂ ਦੇਖਦੇ ਹੋ ਤੁਸੀਂ, ਉਹਨਾਂ ਨੂੰ ਐਜ਼ ਏ ਲੀਡਰ ਕਿਵੇਂ ਦੇਖਦੇ ਹੋ? ਦੇਖੋ, ਐਵੇਂ ਜੇ ਦੇਖੋ, ਬਹੁਤ ਵੱਡੇ ਲੀਡਰ ਹੈ,
ਅਸੀਂ ਉਹਨਾਂ ਦਾ ਬੜਾ ਮਾਣ ਸਤਿਕਾਰ ਕੀਤਾ। ਲੇਕਿਨ ਜਦ ਤੋਂ ਪਾਰਟੀ ਦੀ ਕਮਾਂਡ ਉਹਨਾਂ ਨੇ ਸੰਭਾਲੀ ਆ, ਪਾਰਟੀ ਥੱਲੇ 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 ਲੱਗਦਾ ਕਿ ਪਾਰਟੀ ਨੂੰ ਹਾਸ਼ੀਏ 'ਚ ਲਿਆਉਣ ਲਈ ਰਾਹੁਲ ਗਾਂਧੀ ਦੀ ਪਲੈਨਿੰਗ ਜਾਂ ਉਹਨਾਂ ਦੀ ਟੀਮ ਮੇਨ ਜ਼ਿੰਮੇਵਾਰ। ਦੇਖੋ ਜਿਹੜਾ ਇਸ ਚੀਜ਼ ਨੂੰ ਓਪਰੇਟ ਕਰ ਰਿਹਾ, ਚਲਾ ਰਿਹਾ, ਟੀਮ ਉਹਦੀ ਆ ਜਾਂ ਉਹਦੀ ਇਹਨਾਂ ਦੀ ਜਿਹੜੀ ਲੀਡਰਸ਼ਿਪ ਆ, ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਘਾਟ ਹੈ। ਚੰਨੀ ਹੋਰਾਂ ਦੀ ਰਾਜਨੀਤੀ ਨੂੰ ਕਿਵੇਂ ਸਮਝਦੇ ਹੋ ਤੁਸੀਂ? ਚਮਕੌਰ ਸਾਹਿਬ ਤੋਂ ਲੈ ਕੇ ਭਦੌੜ ਤੱਕ ਅਤੇ ਭਦੌੜ ਤੋਂ ਲੈ ਕੇ ਜਲੰਧਰ ਤੱਕ, ਸੀਐਮ ਤੋਂ ਲੈ ਕੇ ਹੁਣ ਮੈਂਬਰ ਪਾਰਲੀਮੈਂਟ ਤੱਕ। ਦੇਖੋ ਟੂ ਮੱਚ ਜਿਹੜੀਆਂ ਰੀਸ਼ਫਲਿੰਗ ਜਿਹੜੀਆਂ ਹਨ ਬੰਦੇ ਨੂੰ ਖਰਾਬ ਕਰਦੀ। ਮੈਂ ਤਾਂ ਇੱਕੋ ਵਾਰੀ ਹੁਸ਼ਿਆਰਪੁਰ ਜਾ ਕੇ ਕੰਨਾਂ ਨੂੰ ਹੱਥ ਲਾ ਲਏ ਅਤੇ ਮੈਂ ਆਪਣਾ ਹੱਲ ਜਲੰਧਰ ਨਹੀਂ ਚੜ੍ਹਨਾ, ਜੋ ਮਰਜ਼ੀ ਹੋ ਜਾਵੇ। ਉਹਨਾਂ ਦੇ ਹੱਥ ਲੱਗ ਸਕਦੇ ਜਲੰਧਰ ਨੂੰ ਲੈ ਕੇ? ਦੇਖੋ ਗੱਲ ਇਹ, ਲੋਕਾਂ ਨੇ ਵੋਟਾਂ ਨੇ, ਵੋਟਰ ਨੇ ਫੈਸਲਾ ਕਰਨਾ ਹੈ। ਵੋਟਰ ਜਿਹਨੂੰ ਚੰਗਾ ਸਮਝੇਗਾ ਉਹਨੂੰ ਵੋਟ ਪਾ ਦੇਗਾ। ਅਸੀਂ ਤਾਂ ਆਪਣੀ ਜਾ ਕੇ ਲੋਕਾਂ ਕੋਲ ਦੱਸਣੀ ਆ। ਮੈਂ ਤਾਂ ਇਹੀ ਦੱਸਣਾ ਜੀ, ਮੇਰਾ ਬੜਾ ਧੱਕਾ, ਤੁਸੀਂ ਮੇਰੇ ਸਾਥੀ ਹੋ, 70 ਸਾਲ ਤੁਹਾਡੀ ਅਸੀਂ ਸੇਵਾ ਕੀਤੀ ਹੈ, ਇਸ ਕਰਕੇ ਮੈਨੂੰ ਮੌਕਾ ਦਿਓ। ਮੈਂ ਜਲੰਧਰ ਦਾ, ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਮੇਰਾ ਘਰ ਕਿੱਥੇ ਆ, ਮੈਂ ਰਹਿੰਦਾ ਕਿੱਥੇ ਆ। ਮੈਂ ਤਾਂ ਗਲੀਆਂ ਸੜਕਾਂ 'ਤੇ ਹਰ ਜਗ੍ਹਾ ਪ੍ਰੈਜੈਂਟ ਰਹਿੰਦਾ ਹੈਗਾ। ਇਸ ਕਰਕੇ ਜਿਹੜਾ ਮੇਰਾ ਇਹਨਾਂ ਨੇ ਪ੍ਰਚਾਰ ਕੀਤਾ ਜੀ ਕਿ ਜੀ ਇਹਨੂੰ ਹੁਣ 67 ਸਾਲ ਦਾ ਹੋ ਗਿਆ, ਹਰਕ ਨੇ ਵਧਣਾ, ਉਮਰ ਹਰਕ ਦੀ ਹੋਣੀ ਹੈ। ਜੇ ਪ੍ਰਤਾਪ ਸਿੰਘ ਬਾਜਵਾ ਤਾਂ ਮੇਰੇ ਵੀ ਇਹਦੇ ਹੀ ਹੈ, ਉਹ ਕਿਹੜਾ ਮੇਰੇ ਤੋਂ ਕੋਈ ਬਹੁਤ ਛੋਟਾ ਹੈ, ਅਸੀਂ ਇਕੱਠੇ ਹੀ ਹਮ ਉਮਰ ਹੈ। ਉਹ ਤਾਂ ਕਹਿੰਦੇ ਮੇਰੇ ਸੀਐਮ ਨੂੰ ਲੈ ਕੇ ਕਈ ਵਾਰ ਕਹਿੰਦੇ ਕਿ ਮੇਰੀ ਆਖਰੀ ਸਿਆਸੀ ਪਾਰੀ ਹੈ। ਚਲੋ ਇਹ ਤਾਂ ਜਿਹਦੇ ਨਸੀਬਾਂ 'ਚ ਹੋਣਾ ਨੇ ਸੀਐਮ ਬਣ ਜਾਣਾ, ਇਸ ਕਰਕੇ ਬੜੀ ਵਾਰੀ ਕਹਿ ਰਹੇ ਸੀ ਕਹਿੰਦੇ ਮੇਰੇ ਹੱਥ 'ਤੇ ਲਿਖਿਆ ਹੈ ਕਿ ਮੈਂ ਇੱਕ ਦਿਨ ਸੀਐਮ ਜ਼ਰੂਰ ਬਣਾਂਗਾ। ਚਲੋ ਇਹ ਤਾਂ ਹਰ ਇੱਕ ਬੰਦੇ ਨੂੰ ਮੁਬਾਰਕ ਹੈ ਜਿਹਨੇ ਬਣਨੀ ਹੈ, ਕੁਦਰਤ ਬਣਾਉਂਦੀ। ਤੁਹਾਡੇ ਹੱਥ 'ਤੇ ਕੀ ਲਿਖਿਆ? ਮੇਰੇ ਹੱਥ 'ਤੇ ਲਿਖਿਆ ਮੈਂ MP ਬਣਨਾ, ਮੇਰੇ ਲਈ ਹੱਥੇ ਲਿਖਿਆ MP ਬਣਨਾ। ਦੇਖ ਲਓ ਇਹ 2024 ਦੀ ਲਕੀਰ ਹੈ ਜਾਂ ਇਹ ਹੁਣ ਪਤਾ ਨਹੀਂ 9 ਵਾਲੀ ਹੈ ਕਿ 24 ਵਾਲੀ ਹੈ। ਨੌ ਵਾਲਾ ਤਾਂ ਨਿਕਲ ਗਿਆ, ਉਹ ਤਾਂ ਮੈਂ ਬਣ ਚੁੱਕਾ। ਔਰ 24 ਦੀ ਦੁਬਾਰਾ ਲਕੀਰ ਆਉਂਦੀ ਹੈ ਜਾਂ ਕੀ ਹੈ? ਇਹ ਆਉਂਦੀ ਹੈ। ਹੈ ਆਉਂਦੀ ਹੈ 2024 ਵਾਲੀ। ਇਹ ਪੰਡਤ ਨੇ ਕਿਹਾ ਕਿਸੇ ਨੇ? ਨਹੀਂ, ਮੈਂ ਤਾਂ ਆਪ ਪੰਡਿਤਾਂ ਦੇ ਵਿੱਚ, ਦੇਖੋ ਗੱਲ ਇਹ, ਮੈਂ ਤਾਂ ਪਰਮਾਤਮਾ ਨੂੰ ਮੰਨਣ ਵਾਲਾ। ਪਰ ਇਹ ਲਕੀਰ ਤੁਸੀਂ ਕਹਿੰਦੇ ਕਹਿੰਦੀ ਹੈ ਜੇ ਉਹ ਰਾਜਾ ਵੜਿੰਗ ਕਹਿ ਸਕਦਾ ਤਾਂ ਮੈਂ ਵੀ ਕਹਿ ਸਕਦਾ। ਹਾਂ, ਰਾਜਾ ਤਾਂ ਨਹੀਂ ਕਹਿੰਦੇ ਕਿ ਕੱਲ੍ਹ ਨੂੰ ਅਕਾਲੀ ਦਲ ਦੇ ਪ੍ਰਧਾਨ ਵੀ ਬਣ ਸਕਦੇ ਹੋ ਜਾਂ ਸੀਐਮ ਵੀ ਬਣ ਸਕਦੇ? ਅਕਾਲੀ ਦਲ ਦਾ ਕੋਈ ਪ੍ਰਧਾਨ ਨਹੀਂ ਬਣ ਸਕਦਾ, ਨਾ ਆਪਣੀ ਕੋਈ ਖਾਹਿਸ਼ ਹੀ ਆ, ਕਿਉਂਕਿ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ, ਇਹ ਠੀਕ ਆ। ਜੇ ਤਾਂ ਕਿਸੇ ਨੂੰ ਗੱਲ ਕਿਸੇ ਜੋਸ਼ੀ ਦੀ ਚੰਗੀ ਲੱਗ ਗਈ ਤਾਂ ਉਹਨੇ ਕਹਿਣਾ ਜੀ ਵਾਹ ਵਾਹ ਆ, ਜੇ ਨਹੀਂ ਆ ਤਾਂ ਉਹਨੇ ਕਹਿਣਾ ਜੀ ਉਹ ਥੋੜ੍ਹੇ ਜਿਹੇ ਗ੍ਰਹਿ ਖਰਾਬ ਹੋ ਗਏ ਸੀਗੇ ਜੀ, ਜਾਂ ਤੁਸੀਂ ਕੁਝ ਉਹਦੇ ਵਿੱਚ ਕੋਈ ਹੋਰ ਕੋਈ ਪਾਏ ਗ੍ਰਹਿ ਕਿਵੇਂ ਚੱਲ ਰਹੇ? ਦੇਖੋ ਮੈਂ ਤਾਂ 2014 ਤੋਂ ਬਾਅਦ ਤੁਹਾਡੇ ਗ੍ਰਹਿ ਬੜੇ ਖਰਾਬ ਹੋਏ। 10 ਸਾਲ ਹੋ ਗਏ ਜੀ ਮੈਨੂੰ, ਬਲਕਿ 12 ਸਾਲ ਹੀ ਹੋ ਗਏ। 12 ਸਾਲਾਂ 'ਚ ਕਹਿੰਦੇ ਬੈਠਾ ਤੁਹਾਡੀ ਕੁੰਡਲੀ 'ਚ ਜਾਂ ਸ਼ੁੱਕਰ ਤੁਹਾਡਾ ਕੰਮ ਕਰਾ? ਨਹੀਂ ਨਹੀਂ, ਮੈਨੂੰ ਇਹ ਨਹੀਂ ਇਸ ਨਾ ਚੀਜ਼ ਨਾ, ਮੈਂ ਤਾਂ ਸਿਰਫ ਇਹ ਕਰਦਾ ਵੀ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਗਈ ਸੀਗੀ ਅਤੇ ਹੋ ਸਕਦਾ ਪਰਮਾਤਮਾ ਮੇਰੀ ਵੀ ਸੁਣ ਲਏ, 12 ਸਾਲ ਹੋ ਗਏ ਮੈਨੂੰ। ਚਲੋ ਬੈਸਟ ਆਫ ਲੱਕ। ਥੈਂਕ ਯੂ ਜੀ ਕੇਪੀ ਸਰ। ਥੈਂਕ ਯੂ। ਮਹਿੰਦਰ ਸਿੰਘ KP ਅਕਾਲੀ ਦਲ ਦੇ ਉਮੀਦਵਾਰ ਨੇ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਗੋਲਗੱਪੇ ਖਾਂਦੇ ਹੋਏ ਕੀਤੀ ਔਰ ਦੱਸ ਰਹੇ ਨੇ ਕੀ ਉਹਨਾਂ ਨਾਲ ਹੋਇਆ ਔਰ ਹੱਥਾਂ ਦੀਆਂ ਲਕੀਰਾਂ ਕੀ ਕਹਿੰਦੀਆਂ। ਅੱਜ ਕੱਲ੍ਹ ਹੱਥਾਂ ਦੀਆਂ ਲਕੀਰਾਂ ਹਰ ਕੋਈ ਦੱਸ ਰਿਹਾ ਵਾ। ਕੱਲ੍ਹ ਰਾਜਾ ਵੜਿੰਗ ਕਹਿ ਰਹੇ ਸੀ ਕਿ ਮੇਰੇ ਹੱਥ ਦੀ ਲਕੀਰ ਕਹਿ ਰਹੀ ਹੈ ਕਿ ਮੈਂ ਇੱਕ ਦਿਨ ਸੀਐਮ ਜ਼ਰੂਰ ਬਣਾਂਗਾ। ਕਹਿ ਰਹੇ ਕਿ ਮੇਰੇ ਹੱਥ ਦੀ ਲਕੀਰ ਵੀ ਕਹਿ ਰਹੀ ਹੈ ਕਿ MP ਜ਼ਰੂਰ ਬਣਾਂਗਾ।